ਆਪਾਂ ਮੋਟਰ ਤੇ ਤੇ ਸਾਰੀ ਬੈਠ ਜਾਂਦੇ ਜੀ ਇਕੱਠੇ ਹੋ ਕੇ ਦੁਪਹਿਰੇ ਨੂੰ ਉਰੇ ਦੁਪਹਿਰੇ ਨੂੰ ਸਾਰੀ ਇਕੱਠੇ ਹੋ ਕੇ ਬੈਠ ਜਾਂਦੇ ਆ ਤੇ ਵਿਹਲੇ ਆ ਜੀ ਹਲੇ ਕੋਈ ਕੰਮ ਕਾਰ ਹੈ ਨਹੀਂ ਬਹੁਤਾ ਜਿੰਨਾ ਕੁ ਕੰਮ ਕਾਰ ਹੁੰਦਾ ਹੈ ਸਾਂਝੇ ਸਵੇਰੇ ਕਰ ਲੈਂਦੇ ਆ ਕਿਉਂਕਿ ਧੁੱਪਾਂ ਬਹੁਤ ਹੁੰਦੀ ਹੈ ਦੁਪਹਿਰ ਨੂੰ ਤੇ ਹਲੇ ਟਾਈਮ ਵੀ ਹੈਗਾ ਜੀ ਜੀਰੀ ਦੀ ਲਵਾਈ 'ਚ 10 ਜੂਨ 'ਤੇ ਲਵਾਈ ਸ਼ੁਰੂ ਹੈ ਜੀ ਜੀਰੀ ਦੀ ਅਤੇ ਹੁਣ ਇੱਥੇ ਬੈਠ ਜਾਂਦੀ ਗੱਲਾਂ ਬਾਤਾਂ ਕਰੀ ਜਾਂਦੇ ਇਕੱਠੇ ਹੋ ਕੇ ਤੁਹਾਨੂੰ ਮਿਲਾਉਂਦਾ ਜੀ ਆਪਣੇ ਬਾਪੂ ਜੀ ਨਾਲ ਹੀ ਬੈਠੇ ਆ ਔਰ ਉਹਨਾਂ ਨਾਲ ਮਿਲਾਉਂਦਾ ਜੀ ਆਹ ਮਿਲੋ ਜੀ ਤਿੰਦੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਵਿੰਦਰ ਰਾਮ ਹੈ ਜੀ ਮੁੰਡੇ ਦਾ ਪੱਕਾ ਆਹ ਡੈਡੀ ਨੂੰ ਤਾਂ ਤੁਸੀਂ ਪਤਾ ਹੀ ਆ ਤੁਹਾਨੂੰ ਬਾਪੂ ਦਾ ਅਤੇ ਇੱਧਰ ਆਹ ਮਾਸੜਾ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਅਤੇ ਆਹ ਸੀਪਾ ਵੀਰਾ ਸੁਖਦੀਪ ਹੈ ਜੀ ਇਹਦਾ ਨਾਮ ਉਹ ਕਰਮਜੀਤ ਵੀਰ ਬੈਠਾ ਹੈ ਵੱਡਾ ਭਰਾ ਹੈ ਆਪਣਾ ਅਤੇ ਉਹ ਸੁਖਜੀਤ ਬੈਠਾ ਹੈ ਜੀ ਹਾਂਜੀ ਮਾਸੜ ਜੀ ਆਪਾਂ ਚੈਨਲ ਲੱਗਿਆ ਜੀ ਬਣਾਉਣ ਨੂੰ ਹਾਂ ਚੈਨਲ ਆਪਣਾ ਚੱਲੂਗਾ ਵਧੀਆ ਜਾਂ ਹੋਰ ਦੇ ਚੱਲਦੇ ਸਭ ਤੋਂ ਆਪਣਾ ਵੀ ਚੱਲੂਗਾ ਇੱਥੇ ਨੇਟ ਵੀ ਸ਼ਟਰ ਵਾਲਾ ਫਿਰ ਰਿਹਾ ਵਿੱਚ ਉੱਥੇ ਆਪਾਂ ਚੱਲੀ ਜਾਣਾ ਠੀਕ ਹੈ ਠੀਕ ਹੈ ਹੋਰ ਵਧੀਆ ਜੀ ਐਨ ਵਧੀਆ ਜੀ ਆਪਣੇ ਕਿਹੜੇ ਯੂਟਿਊਬ ਬੰਦ ਹੋ ਜਾਣੇ ਆਪਣੇ ਚੈਨਲ ਦੇ ਇਹ ਤਾਂ ਹੈ ਹਾਂ ਆਪਣਾ ਵੀ ਚੱਲੂਗਾ ਹਾਂ ਠੀਕ ਹੈ ਤੇ ਐਤਕੀ ਪਨੀਰੀ ਕਿਹੜੀ ਬੀਜੀ ਆ ਜੀ ਆਪਾਂ ਨੂੰ ਐਤਕੀ ਮੈਂ ਬੀਜਿਆ ਹੈ 121 ਬੀਜ ਆ 121 ਪਨੀਰੀ ਬਹੁਤ ਵਧੀਆ ਲਿਆ ਕੇ ਬੀਜਿਆ ਅੱਛਾ ਜੀ ਤੇ ਪਨੀਰੀ ਬਹੁਤ ਵਧੀਆ ਜੀ ਪਨੀਰੀ ਤੇ ਮੈਂ ਤੀਆ ਛਿੱਟਾ ਲਾਤਾ ਜੂਰੀਏ ਦਾ ਅੱਛਾ ਬਾਅਦ ਜੇ ਕਲਿਆਂਦੇ ਦੀ 2 ਕਿਲੋ ਇਕੱਠੀ ਹੋ ਅੱਛਾ ਜੀ ਹਰੇਕ ਛਿੱਟੇ ਦੇ ਵਿੱਚ ਬਸ ਪਾ ਕੇ 2 ਕੁੰਜਲੇ ਅੱਛਾ ਜੀ ਲਾਰੀ ਦਾ ਜੀ ਤੀਆ ਛਿੱਟਾ ਲਾਤਾ ਪਾਣੀ ਲਾਈਦਾ ਹੁਣ ਰੋਜ਼ੇ ਅੱਛਾ ਜਿੰਨਾ ਹੁਣ ਪਾਣੀ ਲੱਗੀ ਜਾਣਾ ਉਹਨਾਂ ਇਹਨਾਂ ਵਧੀਆ ਹੋ ਜਾਣਾ ਕਿੰਨੀ ਤਰੀਕ ਤੇ ਫਿਰ ਲਵਾਈ ਕਰੂਗੇ ਇਹ ਲਵਾਈ ਕਰ ਦਿੰਦੇ ਆ 11 ਤਰੀਕ ਤੇ 11 ਤਰੀਕ ਨੂੰ ਲਾ ਦਿੰਦੇ 10 ਨੂੰ ਡੈਟ ਆ ਜਾਣੀ ਹੈ 10 ਨੂੰ ਪਾਣੀ ਛੱਡ ਕੇ ਬਾ 11 ਨੂੰ ਸ਼ੁਰੂ ਕਰ ਦੇਣਾ ਕੰਮ ਅੱਛਾ ਜੀ ਤੇ ਪਨੀਰੀ ਤਾਂ ਮੇਰੀ ਵੀ ਬਹੁਤ ਵਧੀਆ ਖੜੀ ਆ ਥੋੜੀ ਜਿਹੀ ਮੇਰੀ ਪੇਲ ਕੇ ਜੇ ਪਰ ਪਨੀਰੀ ਵੀ ਕਿਹਾ ਬਸ ਉਹ ਤੇ ਭਰਾ ਫਿਰ ਜਿੰਕ ਗੇਰ ਤੋਂ ਨਹੀਂ ਜਿੰਕ ਦੀ ਸਪਰੇ ਕਰ ਦੋ ਸਪਰੇ ਵੀ ਠੀਕ ਹੈ ਜੇ ਸਪਰੇ ਹੋ ਜਵੇ ਠੀਕ ਹੈ ਜੀ ਮਸੜੀ ਆ ਜੀ ਇੱਕ ਵਾਰ ਪਨੀਰੀ ਦੇਖ ਆਉਂਦੇ ਆਪਾਂ ਹਾਂ ਚੱਲ ਆ ਜੀ ਮਾੜਾ ਜਿਹਾ ਦਿਖਾ ਦਿਓ ਪਨੀਰੀ ਲੱਗਦੀ ਬਹੁਤ ਵਧੀਆ ਜੀ ਦੂਰ ਤੇ ਬਾਕੀ ਮੈਂ ਤੁਹਾਨੂੰ ਕੋਲ ਜਾ ਕੇ ਦਿਖਾਉਂਦਾ ਜੀ ਨੇੜੇ ਜਾ ਕੇ ਪਨੀਰੀ ਤੇ ਕਾਲੀ ਪਨੀਰੀ ਪਈ ਆ ਜੀ ਐਨ ਵਧੀਆ ਤੇ ਆਹ ਦੇਖੋ ਜੀ ਪਨੀਰੀ ਆਹ ਪਨੀਰੀ ਆ ਜੀ ਮਾਸੜ ਦੀ ਬਹੁਤ ਵਧੀਆ ਪਨੀਰੀ ਖੜੀ ਆ ਜੀ ਇੱਕ ਨੰਬਰ ਪਨੀਰੀ ਆ ਇਸ ਟਾਈਮ ਐਨ ਵਧੀਆ ਪੂਰੀ ਪਨੀਰੀ ਆ ਜੀ ਕੋਈ ਕੱਖ ਦਾ ਡੱਕਾ ਨਹੀਂ ਇਹਦੇ 'ਚ ਪਨੀਰੀ 'ਚ 8 ਉਂਗਲ ਦੀ ਪਨੀਰੀ ਹੋ ਗਈ ਜੀ ਇਹ 11 ਤਰੀਕ ਤੱਕ ਐਨ ਪੂਰੀ ਲਵਾਈ ਪਰ ਹੋ ਜਾਣੀ ਜੀ ਪਨੀਰੀ ਸਪਰੇ ਮਾਰ ਦਿੰਦੇ ਆਪਾਂ ਵੀ ਅੱਜ ਹਾਂ ਤੁਸੀਂ ਕਿਹੜੀ ਸਪਰੇ ਕਰੀ ਆ ਜੀ ਤੁਸੀਂ ਮੈਂ ਤਾਂ ਜਿੰਕ ਹੀ ਪਾਈ ਆ ਜਿੰਕ ਦੀ ਸਪਰੇ ਕਰ ਦੋ ਸਪਰੇ ਕਰ ਦੇ ਅੱਛਾ ਜੀ ਜਿੰਕ ਦੀ ਸਪਰੇ ਕਰ ਦੋ ਠੀਕ ਹੈ ਜੀ ਪਨੀਰੀ ਬਹੁਤ ਵਧੀਆ ਜੀ ਐਨ ਇੱਕ ਨੰਬਰ ਪਨੀਰੀ ਖੜੀ ਆ ਜੀ ਇੱਕ ਵੀ ਕੱਖ ਦਾ ਡੱਕਾ ਨਹੀਂ ਵਧੀਆ ਜੀ ਐਨ ਇੱਕ ਨੰਬਰ ਪਨੀਰੀ ਆ ਪਹੁੰਚ ਗਏ ਜੀ ਤਿੰਦੇ ਦੇ ਖੇਤ 'ਚ ਤਿੰਦੇ ਨੂੰ ਲੋੜਤੀ ਜੀ ਇਹਦੇ ਡੰਗਰਾਂ ਥੱਲੇ ਥੋੜ੍ਹਾ ਜਿਹਾ ਪਾਣੀ ਖੜਦਾ ਏ ਉਹਦੇ ਵਾਸਤੇ ਇਹਨੂੰ ਮਿੱਟੀ ਦੀ ਲੋੜ ਤੀ ਸਾਡੇ ਪਿੰਡ ਦੀ ਇੱਕ ਖਾਸੀਅਤ ਇਹ ਹੈ ਵੀ ਸਾਡੇ ਪਿੰਡ ਏਕਾ ਬਹੁਤ ਆ ਜੀ ਮੁੰਡਿਆਂ ਦਾ ਨੌਜਵਾਨਾਂ ਦਾ ਅਤੇ ਜਿਹਨੂੰ ਲੋੜ ਹੁੰਦੀ ਆ ਵੀ ਕਿਸੇ ਚੀਜ਼ ਦੀ ਅਸੀਂ ਇਕੱਠੇ ਹੋ ਕੇ ਕੰਮ ਕਰ ਦਿੰਦੇ ਆ ਸਾਰੇ ਹੀ ਆਏ ਹੋਏ ਆ ਜੀ ਮਿੱਟੀ ਭਰਨ ਟਰਾਲਾ ਚਾਹੀਦਾ ਜੀ ਇਹਨੂੰ ਮਿੱਟੀ ਦਾ ਇੱਕ ਸਾਰੇ ਹੀ ਲੱਗੇ ਪਏ ਜੀ ਭਰਨ ਦੇਖੋ ਜੀ ਥੋੜ੍ਹਾ ਜਿਹਾ ਸੁੱਕੀ ਆ ਮਿੱਟੀ ਉਹਦੇ ਕਰਕੇ ਗਰਦਾ ਜ਼ਿਆਦਾ ਆਉਂਦਾ ਏ ਬਹੁਤ ਏਕਾ ਜੀ ਸਾਡੇ ਪਿੰਡ 'ਚ ਮੁੰਡਿਆਂ ਦਾ ਜੀ ਲੱਗੇ ਪਏ ਜੀ ਮਾਰੋ ਮਾਰ ਭਰਨ ਟਰਾਲੀ ਮਿੱਟੀ ਦੀ ਹੈਲੋ ਜੀ ਮਿਲੋ ਪੰਮੇ ਵੀਰੇ ਨੂੰ ਮੇਰੇ ਨੂੰ ਪੰਮਾ ਵੀਰਾ ਜੀ ਆਪਣਾ ਇਹ ਅਤੇ ਉੱਧਰ ਜੱਗਾ ਜੀ ਨਵਾਂ ਮੁੰਡਾ ਬਾਕੀ ਨੂੰ ਤਾਂ ਮੈਂ ਤੁਹਾਨੂੰ ਮਿਲਾ ਤਾ ਤਾ ਜੱਗੇ ਨੂੰ ਮਿਲੋ ਜੀ ਆ ਜੱਗਾ ਜੀ ਦੇਖ ਲਓ ਜੀ ਮੁੰਡੇ ਦੀ ਉਂਗਲੀ ਪਰ ਅੱਜ ਦਾਤੀ ਵੱਜੀ ਸਵੇਰੇ ਕਹਿੰਦਾ ਵੀ ਜਦ ਤਿੰਦੇ ਵੀਰੇ ਨੇ ਕਹਿਤਾ ਵੀ ਟਰਾਲੀ ਭਰ ਕੇ ਲਿਆਉਣੀ ਹੈ ਲੋੜ ਤਾਂ ਕਹਿੰਦਾ ਭਰ ਕੇ ਲਿਆਊਂਗਾ ਕਹਿੰਦਾ ਉਂਗਲੀ ਵੱਢੀ ਹੋਈ 'ਚ ਚੱਲ ਰਹੀ ਆ ਕਹੀ ਇੱਧਰ ਜੱਗੇ ਦੀ ਮਾਸੜ ਵੀ ਆ ਰਿਹਾ ਜੀ ਸਾਡਾ ਸੁੱਖ ਜੱਟ ਸਾਰੇ ਆ ਜੀ ਹੈਗੇ ਆ ਜੀ 10-11 ਮੁੰਡੇ ਆ ਜੀ ਅਸੀਂ ਪਿੰਡ ਦੇ ਜੇ ਕਿਸੇ ਨੂੰ ਲੋੜ ਹੁੰਦੀ ਆ ਜੀ ਪਿੰਡ 'ਚ ਵੀ ਅਸੀਂ ਖੜਦੇ ਆ ਜੀ ਇੱਕ ਦੂਜੇ ਦੇ ਨਾਲ ਵਧੀਆ ਕੰਮ ਚੱਲੀ ਜਾਂਦਾ ਜੀ ਜੀ ਆ ਰਹੇ ਆ ਜੀ ਮੁੰਡੇ ਸੁੱਖ ਜੱਟ ਵੀ ਆ ਗਿਆ ਸਾਡਾ ਸੁੱਖ ਜੱਟ ਹਾਂ ਫਿਰ ਚਲਾਊਂ ਕਹੀ ਹੁਣ ਠੀਕ ਆ ਚਲੋ ਖਿੱਚ ਕੇ ਰੱਖੋ ਕੰਮ ਨੂੰ ਅੱਧੀ ਟਰਾਲੀ ਦਾ ਕਰਤੀ ਜੀ ਅਸੀਂ ਅੱਧੇ ਘੰਟੇ 'ਚ ਟਰਾਲੀ ਭਰ ਦਿੰਦੇ ਜੀ 14-7 ਦੀ ਲਓ ਜੀ ਭਰਤਾ ਟਰਾਲਾ ਅੱਧੇ ਘੰਟਾ ਲੱਗਾ ਜੀ ਟਰਾਲੇ ਨੂੰ ਪੂਰਾ ਅੱਧੇ ਘੰਟੇ 'ਚ ਟਰਾਲਾ ਭਰਤਾ ਜੀ ਅਸੀਂ ਜੀ ਟਰਾਲਾ ਭਰ ਗਿਆ ਵੀਰ ਜੀ ਸਾਡਾ ਹੁਣ ਚੱਲਦੇ ਹਾਂ ਘਰ ਨੂੰ 4 ਵੱਜ ਗਏ ਜੀ ਸ਼ਾਮ ਦੇ
टिंदे का लिया जी मिट्टी का ट्राला भर के उन्हें ट्रैक्टर पसा लिया होना हूँ तो वह फोन आया कहिंदा भी ट्रैक्टर लेके आ अपना भी ट्रैक्टर कढ़ना अपा ने जाके देखते हैं भी कि ट्रैक्टर पसा लिया जी उन्हें चलते जी वह ट्रैक्टर कढ़ के आए चला